ਅਕਸਰ ਹਰ ਕਿਸੇ ਨੇ ਅੰਮ੍ਰਿਤਸਰੀ ਆਲੂ ਗੋਭੀ ਅਤੇ ਪਨੀਰ ਵਾਲਾ ਕੁਲਚੇ ਦਾ ਸਵਾਦ ਕੀਤਾ ਹੀ ਹੋਵੇਗਾ, ਲੇਕਿਨ ਬਟਾਲਾ 'ਚ ਇੱਕ ਖਾਸ ਕਿਸਮ ਦਾ ਕੁਲਚਾ ਨਾਨ ਮਿਲਦਾ ਹੈ ਜੋ ਖੋਏ ਨਾਲ ਤਿਆਰ ਹੁੰਦਾ ਹੈ ਅਤੇ ਇਸ ਖੋਏ ਵਾਲੇ ਕੁਲਚੇ ਦੇ ਚਰਚੇ ਦੂਰ ਦੂਰ ਤੱਕ ਹਨ। ਬਟਾਲਾ ਦਾ ਆਨੰਦ ਕੁਮਾਰ ਨੰਦੀ ਜੋ ਕੁਲਚੇ ਦੀ ਛੋਟੀ ਜਿਹੀ ਦੁਕਾਨ ਚਲਾ ਰਿਹਾ ਹੈ ਅਤੇ ਕਦੇ ਰੇਹੜੀ ਲਾਉਂਦਾ ਸੀ, ਹੁਨਰ ਦੇ ਤੌਰ 'ਤੇ ਉਹ ਵੱਖ ਵੱਖ ਤਰ੍ਹਾਂ ਦੇ ਨਾਨ ਬਣਾਉਣੇ ਜਾਣਦਾ ਹੈ। ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ, ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ, ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ, ਬਦ ਇੰਤਜ਼ਾਮੀਆਂ, ਖੱਜਲ ਖੁਆਰੀਆਂ। ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ, ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ, ਤਾਏ, ਪਿਓ, ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ, ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ, ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ। ਗੈਸਟ ਆਏ ਸੀ ਬਾਹਰੋਂ ਅਤੇ ਉਹਨਾਂ ਦੇ ਨਾਲ ਵੀ ਅੱਗੋਂ ਉਹਨਾਂ ਦੇ ਗੈਸਟ ਆਏ ਦੇ ਸੀ, ਉਹ ਯਕਦਮ ਆ ਗਏ ਮੇਰੀ ਦੁਕਾਨ 'ਤੇ ਰੇਹੜੀ 'ਤੇ, ਅਤੇ ਮੈਂ ਦੇਖਿਆ ਵੀ ਮੇਰੇ ਕੋਲ ਹੁਣ ਹੈ ਤਾਂ ਸਮਾਨ ਕੋਈ ਨਹੀਂ ਹੈਗਾ, ਅਤੇ ਮੈਂ ਭੱਜ ਕੇ ਮੈਂ ਕਿਹਾ ਚੱਲ ਪਨੀਰ ਲੈ ਕੇ ਆਉਂਦਾ, ਮੈਂ ਆਲੂ ਵਗੈਰਾ ਖਤਮ ਹੋ ਗਏ ਦੇ ਸੀ, ਮੈਂ ਕਿਹਾ ਚੱਲ ਪਨੀਰ ਲੈ ਕੇ ਆ ਜਾਂਦਾ। ਉਹ ਪਨੀਰ ਵਾਲਾ ਕਹਿੰਦਾ ਉਹ ਜਿਹਦੇ ਕੋਲ ਲੈਣ ਗਿਆ ਉਹ ਕਹਿੰਦਾ ਪਨੀਰ ਹੈ ਨਹੀਂ, ਖੋਇਆ ਹੈਗਾ ਜੇ, ਖੋਇਆ ਲੈ ਜਾਓ। ਮੈਂ ਕਿਹਾ ਖੋਏ ਵਾਲੇ ਨਾਲ, ਕਹਿੰਦਾ ਲੈ ਇਹ 'ਚ ਵੀ ਲੂਣ ਮਿਰਚ ਪਾ, ਤੂੰ ਕਾਰੀਗਰ ਹੈਗਾ, ਮੈਂ ਬਣਾ ਲੈਣਾ ਤੂੰ। ਮੈਂ ਕਿਹਾ ਚਲੋ ਦੇ ਦਿਓ ਤੁਸੀਂ। ਮੈਂ ਉਹਦੇ ਕੋਲ 200 ਗ੍ਰਾਮ ਖੋਇਆ ਲਿਆਂਦਾ ਅਤੇ ਉਹ ਮੈਂ ਆਪਣੇ ਪਾ ਕੇ ਨਮਕ ਨੂੰ ਚੈੱਕ ਕੀਤਾ ਆਪਣੇ ਬਣਾ ਕੇ ਰੈਸਪੀ, ਅਤੇ ਮਸਾਲੇ ਉਦੋਂ ਮੇਰੇ ਕੋਲ ਪੂਰੇ ਮਸਾਲੇ ਨਹੀਂ ਹੈਗੇ। ਫਿਰ ਮੈਂ ਉਹ ਬਣਾ ਕੇ ਉਹਨਾਂ ਨੂੰ ਇੱਕ ਇੱਕ ਪੀਸ ਲਾਇਆ, ਉਹ ਕਹਿੰਦੇ ਬਹੁਤ ਵਧੀਆ, ਤੁਸੀਂ ਹੋਰ ਲੈ ਗਿਆ ਇਹਦੇ ਨਾਲ ਦੇ ਲਿਆ, ਇਹ ਤਾਂ ਬਗੈਰ ਛੋਲਿਆਂ ਤੋਂ ਵੀ ਖਾਧੇ ਜਾ ਰਹੇ ਆ। ਬਸ ਉਦੋਂ ਦਾ ਫਿਰ ਮੈਂ ਇਹਦੇ ਵਿੱਚ ਆਪਣੀ ਕਾਰਾਗਰੀ ਹੋਰ ਲਗਾਈ ਵੀ ਆਪਣੇ ਮਸਾਲੇ ਫਿੱਟ ਕੀਤੇ ਵੀ ਇਹਦੇ ਵਿੱਚ ਕਿੰਨੀ ਕੈਲਰੀ ਹੋਣੀ ਚਾਹੀਦੀ, ਕਿੰਨੀ ਨਹੀਂ ਹੋਣੀ ਚਾਹੀਦੀ ਹੈ, ਉਹਦੇ ਨਾਲ ਫਿਰ ਆਪਣਾ ਕੁਲਚਾ ਤਿਆਰ ਕੀਤਾ। ਮੈਨੂੰ 40 ਸਾਲ ਹੋ ਗਏ ਆ। ਹਾਂਜੀ, ਆਪਣੇ ਵੱਲੋਂ ਇੰਜਰਾਨ ਆਪਣੇ ਦਿਮਾਗ ਨਾਲ ਹੀ, ਜਾਂ ਮੇਰੇ ਰਿਸ਼ਤੇਦਾਰ ਆਏ ਦੇ ਸੀ ਉਹਨਾਂ ਨੂੰ ਖਵਾਉਣਾ ਸੀ ਅਤੇ ਰਸ ਵੀ ਬਣਨੀ ਸੀ। ਕੁਝ ਇਹ ਲੱਗਦੇ ਆ ਜਿਨ੍ਹਾਂ ਨੇ ਦੋ ਕੁਲਚੇ ਖਾਣੇ ਆ ਨਾ, ਉਹਨਾਂ ਨੇ ਫੈਮਿਲੀ ਦੇ ਵਿੱਚ ਹਾਫ ਹਾਫ ਇੱਕ ਲਾਸਟ ਵਾਲੀ ਖਾ ਕੇ ਇੱਕ ਜਾਣਾ ਆਲੂ ਵਾਲੇ ਤੋਂ ਬਾਅਦ, ਪਹਿਲਾਂ ਆਲੂ ਵਾਲਾ ਖਾਣਾ, ਮੁੜ ਕੇ ਇਹਦਾ ਟੇਸਟ ਜਾਣਗੇ, ਸਾਰਾ ਟੇਸਟ ਇਹਦਾ ਖੋਜਦਾ ਹੀ ਰਹਿਣਾ। ਅਤੇ ਦੇਖੋ ਕੀ ਉਹਦਾ ਸਪੋਂਸਰ ਹੈ, ਅਤੇ ਹੈ ਮੇਰੇ ਅੱਗੇ ਬ੍ਰਦਰ ਵੀ ਹੈ, ਕਈਆਂ ਨੇ ਸ਼ੁਰੂ ਕੀਤੇ ਸੀ ਇੱਥੇ ਰੇਹੜੀਆਂ 'ਤੇ ਵੀ ਮੈਂ ਤੁਹਾਨੂੰ ਲੱਗ ਦਿੰਦਾ, ਅਤੇ ਉਹਨਾਂ ਨੇ ਉਹਨਾਂ ਕੋਲ ਨਹੀਂ ਲੱਗੇ ਹੈਗੇ, ਜੇ ਲੱਗਦੇ ਸੀ ਉਹ ਪਾੜ ਜਾਂਦੇ ਸੀ। ਨਾਲ ਦਾ ਖੋਇਆ ਪੰਜਾ ਆਪਣੇ ਪਿਆਜ਼ ਵਗੈਰਾ ਸਭ ਕੁਛ, ਕਾਲੀ ਮਿਰਚ, ਜੀਰਾ, ਅਜਵਾਇਣ, ਆਲੂ ਨਹੀਂ ਪੈਂਦੇ, ਨਹੀਂ ਆਲੂ ਕੋਈ ਚਾਹੇ ਤਾਂ ਕਹਿ ਦਿੰਦੇ ਆ, ਕਈ ਥੋੜ੍ਹਾ ਜਿਹਾ ਵਿੱਚ ਆਲੂ ਵੀ ਪਾ ਦਿਓ।